ਹਾਂਜੀ, ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਘਾ ਪੁਰਾਣਾ ਪੈਂਦੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145400968। ਜਿਹੜੇ ਭੈਣ ਭਰਾ ਨੇ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਚੰਗੇ ਦੁੱਧ ਵਾਲੀ ਗਰਮੀ ਰਹਿਤ ਤਾਜ਼ੀ ਸੂਈ ਸਵਾਈ ਵੈੜ ਵਿਖਾਉਣੀ ਆ, ਜਿਹੜੀ ਤੁਸੀਂ ਸਕਰੀਨ 'ਤੇ ਵੇਖ ਰਹੇ ਆ। ਥੋੜ੍ਹਾ ਸਮਾਂ ਹੀ ਹੋਇਆ ਸੂਈ ਨੂੰ, ਜੇਰ ਪੈਣੀ ਹਜੇ ਬਾਕੀ ਆ, ਲੜ ਤੁਰਿਆ ਹੋਇਆ, ਹੋਰ ਅੱਧੇ ਘੰਟੇ ਤੱਕ ਜੇਰ ਪੈ ਜੂਗੀ। ਇਨਫੋਰਮੇਸ਼ਨ ਲੈ ਦਿੰਦਾ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ? ਨਾਮ ਅਮਨਦੀਪ ਸਿੰਘ, ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਫੋਨ ਨੰਬਰ ਦੱਸ? 89861-0238। ਕਿੰਨਵਾਂ ਸੂਆ ਆਪਣੇ? ਇਹ ਬਾਈ ਜੀ ਤੀਜਾ ਸੂਆ ਸੂਈ ਵੀ ਆ। ਕਿੰਨਾ ਕੁ ਦੁੱਧ ਦੇਤਾ ਦੂਜੇ? ਦੁੱਧ ਬਾਈ ਪਿਛਲੇ ਸੂਏ, ਦੂਜੇ ਸੂਏ ਉਹਨਾਂ ਨੇ ਕਿਹਾ ਆਪਾਂ 23-24 ਕਿਲੋ ਦੁੱਧ ਚੋਇਆ। ਮੰਡੀ ਤੋਂ ਲਿਆਏ? ਕਿੱਥੋਂ ਲਿਆਏ? ਨਹੀਂ, ਆਪਾਂ ਪਿੰਡੋਂ ਹੀ ਲਈ ਆ। ਆਪਦੇ ਪਿੰਡੋਂ ਹੀ? ਆਪਦੇ ਪਿੰਡੋਂ ਹੀ ਲਈ ਆ ਬਾਈ। ਠੀਕ ਹੈ, ਲਿਹਾਜ ਵਾਲੇ ਬੰਦੇ ਤੋਂ ਗਾਂ ਲਈ ਵੀ ਆ, ਜੇ ਕਿਸੇ ਭੈਣ ਭਰਾ ਨੇ ਤਸੱਲੀ ਕਰਨੀ ਆਪਾਂ ਉਹਨਾਂ ਦੇ ਘਰੇ ਵੀ ਲੈ ਚੱਲਾਂਗੇ। ਅੱਛਾ, ਹਾਂਜੀ, ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਸੀਗਾ ਵੀ ਇੰਨਾ ਦੁੱਧ ਚੋਇਆ, ਉਹਨਾਂ ਦੇ ਗਵਾਂਢੀਆਂ ਨੇ ਵੀ ਦੱਸਿਆ। ਠੀਕ ਹੈ, ਵੀ ਇੰਨਾ ਦੁੱਧ ਇਹ ਚੁੰਦੇ ਰਹੇ ਆ। ਠੀਕ ਹੈ, ਹਾਂਜੀ ਬਾਈ, ਹਜੇ ਨੂੰ 15-20 ਮਿੰਟ ਹੀ ਹੋਏ ਬਾਈ ਸੂਈ ਨੂੰ। ਸਹੀ ਆ, ਹਾਂਜੀ, ਕੁਛ ਬਹੁਤਾ ਧਾਰਾਂ ਧੁਰਾਂ ਮਾਰੀਆਂ ਕੱਢਿਆ ਕਿ ਨਹੀਂ? 2 ਕਿਲੋ ਹੀ ਚੋਇਆ, ਹਜੇ ਬੱਚੇ ਨੇ ਤਾਂ ਹਜੇ ਦੁੱਧ ਫੜਿਆ ਨੀਗਾ, 2 ਕਿਲੋ ਚੋ ਕੇ ਇਹਨੂੰ ਗਾਂ ਨੂੰ ਹੀ ਪਿਆ ਦਾ ਆਪਾਂ ਕਿ ਜੇਰ ਪੈ ਜੇ। ਹਾਂ ਵੀ ਜੇਰ ਪੈ ਜੇ, ਕੱਢੀਏ ਬਾਹਰ ਨੂੰ। ਦੋਸਤੋ, ਬਾਈ ਕਹਿੰਦਾ ਆਪਦੇ ਪਿੰਡੋਂ ਹੀ ਲਈ ਆ, ਲਿਹਾਜ ਵਾਲੇ ਬੰਦਿਆਂ ਕੋਲੋਂ ਲਈ ਆ, ਜਿਹਦੇ ਪਸੰਦ ਆਊਗੀ ਵੀਰ ਕਹਿੰਦਾ ਅਗਲੇ ਤੇ ਮੈਂ ਘਰੇ ਲੈ ਜੂੰਗਾ, ਅਗਲਾ ਆਪਦੀ ਤਸੱਲੀ ਕਰ ਲੇ। ਵੀਰ ਕਹਿੰਦਾ ਜਿਹਨਾਂ ਤੋਂ ਲਈ ਆ ਉਹ ਤਾਂ ਅਗਲੇ ਨੇ ਕਹਿਣਾ ਹੀ ਕਹਿਣਾ, ਇੰਨਾ ਦੁੱਧ ਦੂਜੇ ਸੂਏ ਤੇ ਥੱਲੋਂ ਅਸੀਂ ਚੋਇਆ। ਪਰ ਵੀਰ ਕਹਿੰਦਾ ਆਂਢੀ ਗਵਾਂਢੀ ਵੀ ਕਹਿੰਦੇ ਕਿ ਵੈੜ ਚੰਗੀ ਆ, ਇੰਨਾ ਦੁੱਧ ਦਿੱਤਾ ਇਹਨੇ। ਡੈਰੀ ਵਾਲੇ ਤੋਂ ਵੀ ਬਾਈ ਨੇ ਪੁੱਛਿਆ, ਆਫ ਕੈਮਰਾ ਦੱਸਦਾ ਸੀਗਾ, ਡੈਰੀ ਵਾਲਾ ਵੀ ਕਹਿੰਦਾ ਕਿ ਇੰਨਾ ਦੁੱਧ ਪੈਂਦਾ ਰਿਹਾ ਪਵਾਂ। ਤੁਸੀਂ ਦੁੱਧ ਵਾਲੀ ਪਰਚੀਆਂ ਜਿਹੜੀਆਂ ਹੁੰਦੀਆਂ ਉਹ ਪਰਚੀਆਂ ਵੀਰ ਕਹਿੰਦਾ ਮੈਂ ਤੁਹਾਨੂੰ ਵਿਖਾ ਦੇਣਾ, ਦੁੱਧ ਵਾਲੀ ਕਾਪੀ ਵਿਖਾ ਦੇਣਾ, ਇੰਨਾ ਦੁੱਧ ਵੀਰ ਕਹਿੰਦਾ ਦਿੱਤਾ। ਬਾਕੀ ਵੀਰ ਨਾਲ ਤੁਸੀਂ ਗੱਲਬਾਤ ਕਰ ਲਿਓ, ਕੱਦ ਵੱਡਾ ਹੀ ਆ, ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ। 22-23 ਕਿਲੋ ਦੁੱਧ ਦਿੱਤਾ ਦੂਜੇ ਸੂਏ, ਥਣ ਸੋਹਣੇ ਆਦੀ ਚਵਾਈ ਵਾਲੇ ਗੈਪ 'ਚ ਲੱਗੇ ਹੋਏ ਆ ਬਾਈ, ਪੂਰੀ ਮੋਟੀ ਧਾਰ ਆ ਤੇ ਪੂਰੀ। ਠੀਕ ਹੈ, ਹਾਂਜੀ ਬਾਈ। ਦੋਸਤੋ, 2 ਕਿਲੋ ਬੋਲੀ ਬਾਈ ਕਹਿੰਦਾ ਚੋਈ ਆ, ਬੱਚੇ ਨੇ ਤਾਂ ਥਣ ਫੜਿਆ ਨਹੀਂ ਅਜੇ ਕਿਉਂਕਿ ਸੂਈ ਨਹੀਂ, 15-20 ਮਿੰਟ ਹੋਏ ਆ। ਪਰ ਵੀਰ ਕਹਿੰਦਾ 2 ਕਿਲੋ ਬੋਲੀ ਖੰਡ ਪਾ ਕੇ ਗਾਂ ਨੂੰ ਪਿਆਤੀ, ਆਮ ਹੀ ਸਾਰੇ ਭੈਣ ਭਰਾ ਪਿਆ ਆਉਂਦੇ ਆ, ਕਿਉਂ ਬਾਹਲਾ ਗਰਮ ਹੁੰਦਾ ਕਿ ਜੇਰ ਛੇਤੀ ਪੈ ਜੇ ਅਤੇ ਲੜ ਲਗਭਗ ਤੁਰਿਆ ਵਾ, ਫੁੱਲੀ ਆ, ਤੁਸੀਂ ਵੇਖ ਸਕਦੇ ਆ। ਹੋਰ ਅੱਧੇ ਘੰਟੇ ਖੰਡ ਤਿੱਕਰ, ਘੰਟੇ ਖੰਡ ਤਿੱਕਰ ਜਦੋਂ ਪੱਠਿਆਂ ਨਾਲ ਰੱਜ ਰੁੱਜ ਕੇ ਬਹਿ ਗਈ, ਜੇਰ ਪੈ ਜਾਣੀ ਆ। ਥਣਾਂ ਦੀ ਸਾਫ਼ ਸੁਥਰੀ ਆ, ਫੋੜ ਸ਼ੰਕ ਭੂਰਾ ਆਵਣੀ ਅਤੇ ਗਰਮੀ ਰਹਿਤ ਵੈੜ ਆ, ਕਾਲੇ ਰੰਗ ਦੀ ਫੁੱਲ ਵੱਡੀ, ਦੁੱਧ ਮੱਝ ਆ ਰਗਾ, ਉਹ ਮੁੱਲ ਆਪਣੇ ਜਾਇਜ਼ ਆ ਬਾਈ ਲੈਣ ਦੇਣ ਵਾਲਾ। ਇਹ 52,000 ਦੀ ਦੇ ਦਾਂਗੇ ਬਾਈ, ਮਾਨਤਾਨ ਹੋ ਜੂ? ਹਾਂਜੀ, ਕਰ ਦਿਆਂਗੇ, ਕਿਉਂ ਬਾਈ 65-65 ਮੰਗੀ ਜਾਂਦੇ ਇਹੋ ਜਿਹੀਆਂ ਵਹਿੜਾਂ ਦਾ, ਆਪਾਂ ਨੂੰ ਭਾਅ ਚਾਹੀ ਕਰਕੇ ਆਪਾਂ ਭਾਅ ਚ ਦੇ ਦੇਣੀ ਆ। ਸਹੀ ਆ, ਹਾਂਜੀ ਬਾਈ, ਮਗਰ ਇਹਦੇ ਵੱਛਾ ਹੁਣੇ ਜਨਮ ਦਿੱਤਾ ਹੋ ਗਿਆ 15-20 ਮਿੰਟ। ਜੇ ਕੋਈ ਦੁੱਧ ਚੋ ਕੇ ਲੈ ਜਾਣਾ ਚਾਹੁੰਦਾ ਚਵਾ ਕੇ ਦੇ ਦਾਂਗੇ? 20 ਕਿਲੋ ਦੁੱਧ ਚਵਾ ਦਿਆਂਗੇ ਬਾਈ, ਉਹਦਾ ਕਿਉਂ ਰੇਟ ਕੁਛ ਲਹਿਦਾ ਹੋਊਗਾ ਬਾਈ, ਆਪਾਂ 10,000 ਰੁਪਇਆ ਸਾਈ ਫੜਾਂਗੇ ਪਹਿਲਾਂ। ਠੀਕ ਹੈ, ਹਾਂਜੀ, ਮੰਨ 8 ਦਿਨਾਂ ਨੂੰ ਆ ਜੇ, 7 ਨੂੰ ਆ ਜੇ ਦੁੱਧ, ਅੱਜ ਤੋਂ ਹਫ਼ਤੇ ਨੂੰ ਦੁੱਧ ਤੇ ਚਵਾ ਦੇਣਾ, ਹਫ਼ਤੇ ਨੂੰ 10 ਦਿਨਾਂ ਦੇ ਵਿੱਚ ਆਪਾਂ ਦੁੱਧ ਤੇ ਕੁਛ ਕਰਕੇ ਦੇ ਦਿਆਂਗੇ 20 ਕਿਲੋ ਤੇ। ਸਹੀ ਆ, ਹਾਂਜੀ ਬਾਈ। ਦੋਸਤੋ, 20 ਕਿਲੋ ਦੀ ਵੀਰ ਕਹਿੰਦਾ ਗਰੰਟੀ ਆ, 10,000 ਵੀਰ ਕਹਿੰਦਾ ਸਾਈ ਦਾ ਫੜੂੰਗਾ ਅੱਜ ਤੋਂ 7-8 ਦਿਨਾਂ ਨੂੰ, 10 ਦਿਨਾਂ ਦੇ ਅੰਦਰ ਅੰਦਰ 20 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਤੇ ਜੋਖ ਕੇ ਦੇ ਦੂੰਗਾ, 52,000 ਮੁੱਲ ਹੈ, ਮਾਨਤਾਨ ਹੋ ਜੂ। ਵੀਰ ਕਹਿੰਦਾ ਇੱਡੀਆਂ ਵਹਿੜਾਂ ਦਾ ਲੋਕੀ 65-65 ਹਜ਼ਾਰ 60-60 ਹਜ਼ਾਰ ਮੰਗੀ ਜਾਂਦੇ ਆ, ਮੈਂ ਤਾਂ ਜਾਇਜ਼ ਹੀ ਮੁੱਲ ਕੀਤਾ, ਬਾਕੀ ਵਹਿੜ ਵੱਡੀ ਆ, ਤੁਸੀਂ ਆਓਗੇ ਆ ਕੇ ਅੱਖਾਂ ਨਾਲ ਆਪਦੀ ਵੇਖੋਗੇ, ਤੁਹਾਨੂੰ ਵੀ ਜਾਇਜ਼ ਹੀ ਮੁੱਲ ਲੱਗੂ ਕਿਉਂਕਿ ਵਹਿੜ ਫੁੱਲ ਵੱਡੀ ਹੈ,
ਗਰਮੀ ਰਹਿ ਤਾਂ ਦੁੱਧ ਮੱਝ ਆ ਰਗਾ ਬਹੁਤ ਚੰਗੀ ਬਾਈ ਜਵਾਂ ਰੋਈ ਆ ਠੀਕ ਹੈ ਚਵਾਈ ਵੀਰ ਦਾਸ ਦਾ ਫੁੱਲ ਚੰਗੀ ਆ ਕਿਉਂਕਿ ਧਾਰਾਂ ਵੀਰ ਨੇ ਮਾਰੀਆਂ ਪਹਿਲਾਂ 2 ਕਿਲੋ ਬੋਲਾ ਕੱਢਿਆ ਇਹ ਇੱਕ ਨਗ ਬਾਈ ਦਾ ਸੇਲ ਹੈ ਪੂਰੀ ਵੱਡੀ ਬੈਡ ਤੀਜਾ ਸੂਆ ਆਪਦੇ ਪਿੰਡੋਂ ਹੀ ਲਈ ਹੈ ਲਿਆਜ ਵਾਲੇ ਬੰਦਿਆਂ ਤੋਂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਵੀਰ ਕਹਿੰਦਾ ਮੇਰੇ ਘਰੇ ਆ ਜਾਓ ਬੇਫਿਕਰ ਹੋ ਕੇ ਭਾਵਾਂ ਚੋ ਕੇ ਲੈ ਜਾਓ ਅਗਲਾ ਉਹੀ ਕਹਿੰਦਾ ਹੁੰਦਾ ਕਿ ਜਿਹੜਾ ਪਸ਼ੂ ਚੰਗਾ ਹੁੰਦਾ ਖਰਾ ਹੁੰਦਾ ਕਿ ਇਹਨੇ ਦੁੱਧ ਦੇ ਦੇਣਾ ਨਹੀਂ ਅਗਲਾ ਦੁੱਧ ਚਵਾ ਕੇ ਦੇਣ ਵਾਲੀ ਕੋਈ ਗਰੰਟੀ ਨਹੀਂ ਦਿੰਦਾ ਹੁੰਦਾ ਬਾਈ ਯਾਰ ਧਾਰਾ ਮਾਰ ਲਾ ਕਿਹੜਾ ਕੁਛ ਹੈਗਾ ਤੇਰੇ ਸਾਹਮਣੇ ਹੈ ਜੇ ਕਿਸੇ ਨੇ ਨਾ ਚਵਾ ਕੇ ਦੇਣੀ ਹੋਵੇ ਅਗਲਾ ਉਹ ਗੱਲਾਂ ਕਰਦਾ ਪਰ ਵੀਰ ਕਹਿੰਦਾ ਆਪਾਂ ਦੁੱਧ 20 ਕਿਲੋ ਚਵਾ ਕੇ ਦੇ ਦਿਆਂਗੇ ਉਹਦੀ ਗਰੰਟੀ ਹੈ ਫੋਨ ਨੰਬਰ ਸਕਰੀਨ ਤੇ ਆ ਫੁੱਲ ਵੱਡੀ ਵੈੜ ਆ ਤੀਜਾ ਸੂਆ ਤਾਜ਼ੀ ਸੂਈ ਸਵਾਈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ 'ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ